ਵੀ ਪਰਿਵਾਰ ਦੇ ਕੀ ਹਾਲਾਤ ਨੇ ਮਜਬੂਰੀ ਕੀ ਪੈ ਗਈ ਤੈਨੂੰ ਜਿਹੜਾ ਕੀ ਟਿਫਨ ਜਿਹੜਾ ਤੁਸੀਂ ਇੰਨੀ ਗਰਮੀ 'ਚ ਖੁਦ ਸਰਵ ਕਰਦੇ ਹੋ ਕੰਮ ਕਰਦੇ ਹੋ ਕੀ ਕਾਰਨ ਕੀ ਆ? ਇਹ ਸਰਵ ਮਜਬੂਰੀ ਹੁਣ ਘਰ 'ਚ ਕੋਈ ਕਮਾਣ ਵਾਲਾ ਤੇ ਹੈ ਹੀ ਨਹੀਂ ਤੇ ਫਿਰ ਮੈਂ ਕੀ ਕਰ ਸਕਦੀ ਆ? ਮੈਂ ਕਿਸੇ ਦੇ ਘਰਾਂ ਨੇ ਭਾਂਡੇ ਤੇ ਮਾਂ ਨਹੀਂ ਸਕਦੀ, ਸਫਾਈਆਂ ਮੈਂ ਨਹੀਂ ਕਰ ਸਕਦੀ ਤੇ ਮੈਂ ਆਪਣੇ ਬੱਚੇ ਵੇਖਣੇ ਹੈਗੇ ਆ। ਬੱਚਿਆਂ ਦੇ ਕਰਕੇ ਮੈਂ ਕਿਸੇ ਦੇ ਘਰ ਨਹੀਂ ਇਹ ਕਰ ਸਕਦੀ ਮੇਰੇ ਪਤੀ ਜੀ ਕੱਪੜੇ ਦੀ ਦੁਕਾਨ ਤੇ ਲੱਗੇ ਹੋਏ ਸੀ ਤੇ ਉਹ ਜਦੋਂ 8-9000 ਰੁਪਏ ਲੈਂਦੇ ਸੀ ਤੇ ਮੇਰਾ ਸਰਕਲ ਚੱਲ ਜਾਂਦਾ ਸੀ ਹੁਣ ਜਦੋਂ ਦੀ ਉਹਨਾਂ ਦੀ ਡੈਥ ਹੋਈ ਹੈ ਉਸ ਤੋਂ ਪਹਿਲਾਂ ਵੀ 6 ਮਹੀਨੇ ਬਿਮਾਰ ਹੀ ਰਹੇ ਥੋੜਾ 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 ਕਰਦੇ ਤੇ ਉਹ ਕਮਾਈ ਨਹੀਂ ਸੀ ਕਰਦੇ ਲੇ ਉੱਪਰ ਕਰਾਇਆ ਤੇ ਬਜ਼ੁਰਗ ਰਹਿੰਦੇ ਨੇ ਉਹਨਾਂ ਨੇ ਮੈਨੂੰ ਇਹ ਹੁਨਰ ਦਿੱਤਾ ਆ ਉਹਨਾਂ ਨੇ ਮੈਨੂੰ ਰੋਟੀ ਜੋਗਾ ਕੀਤਾ ਆ ਚਲੋ ਮਾਰਾ ਹੀ ਕਹਨੇ ਉਹਨਾਂ ਦਾ ਵੀ ਭਲਾ ਹੋਵੇ ਪਰ ਹੁਣ ਮੈਂ ਆਪਣੇ ਪੈਰਾਂ ਤੇ ਰਹਿਣਾ ਚਾਹਨੀ ਆ ਆਪਣੇ ਸਿਰ ਤੇ ਰਹਿਣਾ ਚਾਹਨੀ ਆ ਤੁਮੈਂ ਮੈਂ ਇੰਤ ਕਰਦੀ ਆਈ ਆ ਅਕਵਾਰੇ ਹੁੰਦੇ ਵੀ ਤੇ ਚਲੋ ਕਦੇ ਨਾ ਕਦੇ ਤੇ ਰੱਬ ਮੇਰੀ ਸੁਣੇਗਾ ਸੁੱਖ ਮਿਲੂਗਾ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਇੱਕ ਅਮਰ ਸਾਹਿਬ ਦੀ ਇੱਕ ਸੱਚੀ ਕਹਾਣੀ ਦਿਖਾਵਾਂਗੇ ਉਸ ਧੀ ਦੀ ਜਿਸ ਦਾ ਨਾਮ ਪ੍ਰੀਆ ਵਾ ਤੁਸੀਂ ਦੇਖ ਰਹੇ ਹੋ ਕਿ ਡੱਬੇ ਜਿਹੜੇ ਕੀ ਟਿਫਨ ਰੋਟੀ ਵਾਲੇ ਕਰ ਕਰ ਜਾ ਕੇ ਇਕੱਠੇ ਕਰਦੀ ਆ ਅਤੇ ਲੋਕਾਂ ਦੀ ਦੁਕਾਨਾਂ ਤੇ ਜਿਹੜੇ ਕੀ ਉਹਨਾਂ ਨੂੰ ਦੇ ਕੇ ਆਉਂਦੀ ਆ ਤੁਸੀਂ ਦੇਖਦੇ ਹੋ ਇਹ ਧੀ ਦੇ ਜਿਹੜੀ ਕਿੰਨੀ ਮਿਹਨਤ ਆ ਅਸੀਂ ਦੇਖਦੇ ਆਂ ਕਿ ਹਮੇਸ਼ਾ ਯਾਤਰਾ ਆਦਮੀ ਜਿਹੜੇ ਨੇ ਉਹ ਡੱਬੇ ਜਿਹੜੇ ਨੇ ਸਰਵ ਕਰ ਦਿੰਦੇ ਪਰ ਤੁਸੀਂ ਦੇਖਿਆ ਵੀ ਇਹ ਜਿਹੜੀ ਧਾਨ ਆ ਜਿਸ ਦਾ ਨਾਮ ਪ੍ਰੀਆ ਵਾ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਇਹ ਜਿਹੜੀ ਧੀ ਹੈ ਮਿਹਨਤ ਕਰ ਰਹੀ ਹੈ ਅਮਰਸਾਦੀ ਗਲੀਆਂ ਉੱਤੇ ਜਿਹੜੀ ਕਿ ਸੜਕਾਂ ਉੱਤੇ ਜਿਹੜੀ ਇਹ ਭੈਣ ਜਿਹੜੀ ਜਾ ਰਹੀ ਆ ਲੋਕਾਂ ਦੇ ਘਰਾਂ ਚੋਂ ਡੱਬੇ ਜਿਹੜੇ ਕਲੈਕਟ ਕਰਦੀ ਆ ਅਤੇ ਉਹਨਾਂ ਦੀ ਦੁਕਾਨਾਂ ਤੇ ਜਿਹੜੀ ਪਚਾਉਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਭੈਣ ਦੀ ਮਿਹਨਤ ਨੂੰ ਜੱਜਬੇ ਨੂੰ ਸਲੂਟ ਆ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇਹ ਜਿਹੜੀ ਭੈਣ ਡੱਬੇ ਟਿਫਨ ਜਿਹੜੀ ਆ ਸਰਵ ਕਰਦੀ ਆ ਗੱਲਬਾਤ ਕਰਦੀ ਕੋਸ਼ਿਸ਼ ਕਰਦੇ ਆ ਭੈਣ ਦੇ ਨਾਲ ਵੀ ਅਤੇ ਪੁੱਛਦੇ ਆ ਪਰਿਵਾਰਕ ਮੈਂਬਰਾਂ ਬਾਰੇ ਅਤੇ ਕੀ ਹਾਲਾਤ ਨੇ ਹਾਂਜੀ ਭੈਣ ਜੀ ਤੁਹਾਡਾ ਪਹਿਲਾਂ ਸਭ ਤੋਂ ਬ ਆਪਣਾ ਨਾ ਖੀਦਰਾ ਥੋੜਾ ਮੈਨੂੰ ਨਾ ਨਾ ਤਰਾ ਪ੍ਰੀਆ ਮਸਨ ਵਿੱਚ ਪੀ ਪਰਿਵਾਰ ਦੇ ਕੀ ਹਾਲਾਤ ਨੇ ਮਜਬੂਰੀ ਕੀ ਪੈ ਗਈ ਤੈਨੂੰ ਜਿਹੜੇ ਕੀ ਟਿਫਨ ਜਿਹੜਾ ਤੁਸੀਂ ਇਡੀ ਗਰਮੀ 'ਚ ਖੁਦ ਸਰਵ ਕਰਦੇ ਹੋ ਕੰਮ ਕਰਦੇ ਹੋ ਕੀ ਕਾਰਨ ਕੀ ਆ ਜੀ ਇਹ ਇਹ ਸਿਰਫ ਮਜਬੂਰੀ ਹੁਣ ਘਰ 'ਚ ਕੋਈ ਕਮਾਨਣ ਵਾਲਾ ਤੇ ਹੈ ਹੀ ਨਹੀਂ ਤੇ ਫਿਰ ਮੈਂ ਕੀ ਕਰ ਸਕਦੀ ਆ ਮੈਂ ਕਿਸੇ ਦੇ ਘਰਾਂ ਨੇ ਭਾਂਡੇ ਤੇ ਮਾਝ ਨਹੀਂ ਸਕਦੀ ਸਫਾਈਆਂ ਮੈਂ ਨਹੀਂ ਕਰ ਸਕਦੀ ਤੇ ਮੈਂ ਆਪਣੇ ਬੱਚੇ ਵੇਖਣੇ ਹੈਗੇ ਆ ਬੱਚਿਆਂ ਦੇ ਕਰਕੇ ਮੈਂ ਕਿਸੇ ਦੇ ਘਰ ਨਹੀਂ ਇਹ ਕਰ ਸਕਦੀ ਮੈਨੂੰ ਵੈਸੇ ਵੀ ਨਹੀਂ ਇਹ ਚੰਗਾ ਨਹੀਂ ਲੱਗਦਾ ਇਹ ਕੰਮ ਕਿਉਂਕਿ ਮੈਂ ਸ਼ੁਰੂ ਤੋਂ ਮਿਹਨਤ ਕਰਨਾ ਗਿੱਜੀ ਹੋਈ ਆ ਮੈਂ ਆਪਣਾ ਸੁਨਿਆਰੇ ਦਾ ਕੰਮ ਕਰਦੀ ਸੀ ਆਰਟੀਫੀਸ਼ੀਅਨ ਜੁਲਰੀ ਹੁੰਦੀ ਆ ਨਾ ਉਹ ਅਸੀਂ ਬਣਾਉਂਦੇ ਸੀ ਤੇ ਸਾਡੇ ਮਤਲਬ ਕਿ ਰਿਸ਼ਤੇਦਾਰ ਬਾਹਰ ਜਾਂਦੇ ਸੀਗੇ ਮੇਰੇ ਪਾਪਾ ਵੀ ਜਾਂਦੇ ਸੀ ਤੇ ਹੁਣ ਉਹ ਕੰਮ ਤੇ ਇੰਨਾ ਰਿਆ ਨਹੀਂ ਮੰਦੇ-ਮੰਦੇ ਪੈ ਗਏ ਨੇ ਸਾਰਿਆਂ ਨੇ ਆਪਣੇ ਆਪਣੇ ਕਿਸੇ ਨੇ ਫ੍ਰਿਜਾਂ ਗਏ ਨੇ ਟੈਲੀ ਮੈਂ ਕਹਿੰਨੇ ਕੋਈ ਕੰਮ ਖੋਲ ਲੈਨੇ ਵੱਖੋ-ਵੱਖ ਤੇ ਫਿਰ ਮੈਂ ਤੇ ਜੀ ਕਿਹੇ ਕੋ ਕੰਮ ਹੁਣ ਕੀ ਲੈਣ ਜਾਣਾ ਆ ਤੇ ਨਾਲੇ ਮੈਂ ਆਪਣੇ ਤੇ ਦਿਨ ਰਹਿ ਕੇ ਨਹੀਂ ਖੁਸ਼ ਹੈਗੀ ਅਬੀ ਨਸੋ ਪ੍ਰੀਆ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਤੁਹਾਡੇ ਕੌਣ ਕੌਣੇ ਆ ਤੇ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਮੇਰੇ ਪਤੀ ਜੀ ਕੱਪੜੇ ਦੀ ਦੁਕਾਨ ਤੇ ਲੱਗੇ ਹੋਏ ਸੀ ਤੇ ਉਹ ਜਦੋਂ 8-9000 ਰੁਪਏ ਲੈਂਦੇ ਸੀ ਤੇ ਮੇਰਾ ਸਰਕਲ ਚੱਲ ਜਾਂਦਾ ਸੀ ਹੁਣ ਜਦੋਂ ਦੀ ਉਹਨਾਂ ਦੀ ਡੈਥ ਹੋਈ ਹੈ ਉਸ ਤੋਂ ਪਹਿਲਾਂ ਵੀ 6 ਮਹੀਨੇ ਬਿਮਾਰ ਹੀ ਰਹੇ ਥੋੜਾ 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 ਕਰਦੇ ਤੇ ਉਹ ਕਮਾਈ ਨਹੀਂ ਸੀ ਕਰਦੇ ਤਬੀਨ ਇਸ ਪਹਿਣ ਕਈ ਸੋਚਿਆ ਸੀ ਵੀ ਤੈਨੂੰ ਇਸ ਤਰ੍ਹਾਂ ਅੰਮ੍ਰਿਤਸਰ ਦੀ ਗਲੀਆਂ ਉੱਤੇ ਜਿਹੜਾ ਕਿ ਖੁਦ ਕੰਮ ਕਰਕੇ ਨਿਕਲਣਾ ਪਊਗਾ ਖੁਦ ਮਿਹਨਤ ਕਰਨੀ ਪਊਗੀ ਕਦੀ ਇਸ ਬਾਰੇ ਸੋਚਿਆ ਤੁਸੀਂ ਕਦੀ ਨਹੀਂ ਨਹੀਂ ਜੀ ਇਸ ਬਾਰੇ ਤਾਂ ਸੋਚਿਆ ਨਹੀਂ ਮੈਂ ਤਾਂ ਸੋਚਿਆ ਹੀ ਕਿ ਸ਼ੁਰੂ ਤੋਂ ਮੈਂ ਮਿਹਨਤ ਕਰਦੀ ਆਈ ਆਂ ਅਕਬਾਰੇ ਹੁੰਦੇ ਵੀ ਤੇ ਚਲੋ ਕਦੇ ਨਾ ਕਦੇ ਤੇ ਰੱਬ ਮੇਰੀ ਸੁਣੇਗਾ ਸੁੱਖ ਮਿਲੂਗਾ ਪਰ ਅੱਗੇ ਆ ਕੇ ਕੋਈ ਐਡੀ ਕਿਸਮਤ ਮਾੜੀ ਸੁੱਖ ਨਹੀਂ ਮਿਲਿਆ ਕਰਮਾਂ ਚ ਤੇ ਮੈਨੂੰ ਇਸ ਪਹਿਣ ਪਤੀ ਨੂੰ ਹੋਇਆ ਕੀ ਸੀ ਤੁਹਾਡੇ ਨੂੰ ਤੇ ਜੇ ਪਤੀ ਦੀ ਗੱਲ ਕਰੀਏ ਤੇ ਪਰਿਵਾਰ ਵਿੱਚ ਕਿੰਨੇ ਬੱਚੇ ਨੇ ਤੇ ਪਤੀ ਨੂੰ ਹੋਇਆ ਕੀ ਸੀ ਦੋ ਮੇਰੇ ਬੱਚੇ ਆ ਜੀ ਇੱਕ ਮੇਰੀ ਗੁੜੀਆ ਇੱਕ ਮੇਰਾ ਬੇਟਾ ਆ 9 ਸਾਲ ਦਾ ਬੇਟਾ ਹੈ ਤੇ 6 ਸਾਲ ਦੀ ਗੁੜੀਆ ਹੈ ਤੇ ਸਰਕਾਰੀ ਸਕੂਲ ਚ ਪੜਦੇ ਨੇ ਉਹਨਾਂ ਦਾ ਲੀਵਰ ਚ ਪ੍ਰੋਬਲਮ ਸੀਗੀ ਤੇ ਇਸ ਕਰਕੇ ਉਹਨਾਂ ਦੀ ਡੈਥ ਹੋ ਗਈ ਥੋੜਾ ਬਹੁਤਾ ਐਵੇਂ ਕਈਏ ਵੀ ਖਾ ਪੀ ਵੀ ਲੈਂਦੇ ਸੀ ਨਸ਼ਾ ਪਤਾ ਮਣਾ ਵੀ ਕਰੀਦਾ ਹੀ ਸਮਝਾਈਦਾ ਵੀ ਨਹੀਂ ਸਮਝਦੇ ਕਹਿੰਦੇ ਮੇਰੇ ਕੋ ਨਹੀਂ ਛੁੜਦਾ ਮੈਂ ਕੀ ਕਰਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਖਸਮਣ ਖਾਵੇ ਬਿਮਾਰ ਤੇ ਬੰਦਾ ਮਾਰ ਨਹੀਂ ਹੁੰਦਾ ਮੈਂ ਕਿਹਾ ਚਲ ਬਿਮਾਰ ਤੇ ਕੋਈ ਗੱਲ ਨਹੀਂ ਮੈਂ ਰੋਟੀ ਪਾਣੀ ਦੇ ਦਾਂਗੀ ਮਿਹਨਤ ਕਰਕੇ ਸੰਭਲਾਂਗੀ ਇਹਨਾਂ ਨੂੰ ਬਿਮਾਰ ਤੇ ਕੋਈ ਗੱਲ ਨਹੀਂ ਨਾ ਕੰਮ ਕਰਨਗੇ ਨਾ ਅਸੀਂ ਚਲੋ ਮੈਂ ਤਾਂ ਸੋਚਿਆ ਨਹੀਂ ਕਿ ਇਹ ਪੂਰੇ ਹੋ ਜਾਣਗੇ ਮੈਂ ਤਾਂ ਕਹਿ ਸੀ ਲਾਈਕ ਕਰਨੀ ਵੀ ਠੀਕ ਹੋ ਜਾਣਗੇ ਤੇ ਚਲੋ ਕੱਲ ਨੂੰ ਇਹ ਵੀ ਨਾ ਕਰਨਗੇ ਤਾਂ ਕੋਈ ਗੱਲ ਨਹੀਂ ਫਿਮਿਲੀਅਰਸ ਭੈਣ ਜਦੋਂ ਪਤੀ ਦੀ ਮੌਤ ਹੋ ਜਾਂਦੀ ਆ ਉਦੋਂ ਫਿਰ ਆਪਣੇ ਆਪ ਨੂੰ ਕਿੰਨਾ ਕੱਲਿਆ ਮਹਿਸੂਸ ਕੀਤਾ ਕਿਉਂਕਿ ਜਦੋਂ ਘਰ ਦਾ ਮੁਖੀ ਆ ਜਿਹੜਾ ਕਮਾਉਣ ਵਾਲਾ ਹੋਵੇ ਜਦੋਂ ਉਹ ਦੁਨੀਆ ਤੋਂ ਚਲ ਜਾਵੇ ਫਿਰ ਇੱਕਦਮ ਬੰਦਾ ਟੁੱਟਕ ਜਾਂਦਾ ਵਾ ਤੁਹਾਡੇ ਕੀ ਹਾਲਾਤ ਸੀ ਕਿਉਂਕਿ ਛੋਟੇ ਬੱਚੇ ਸੀ ਘਰ ਚ ਕਮਾਉਣ ਵਾਲਾ ਸਿਰ ਉਹ ਆਦਮੀ ਸੀ ਉਸ ਤੋਂ ਬਾਅਦ ਤੁਹਾਡੇ ਘਰ ਦੇ ਕੀ ਹਾਲਾਤ ਹੋਏ ਕਿੰਨਾ ਤੁਸੀਂ ਟੁੱਟ ਗਏ ਉਸ ਚੀਜ਼ ਦੇ ਵੇਖੋ ਟੁੱਟੇ ਦੇ ਹੀ ਹੋਏ ਸੀ ਇਹ ਪਰ ਇਹ ਆ ਕੀ ਪਹਿਲੇ ਕੋਈ ਰਿਸ਼ਤੇਦਾਰ ਭੈਣ ਭਰਾ ਲੱਗੇ ਨਹੀਂ ਸੀ ਕੋਈ ਸੋਹਰਿਆਂ 'ਚ ਵੀ ਨਹੀਂ ਸੀ ਕੋਈ ਪੇਕੇਆ 'ਚ ਵੀ ਨਹੀਂ ਸੀ ਅਸੀਂ ਸ਼ੁਰੂ ਤੋਂ ਕੱਲੇ ਰਹਿੰਦੇ ਹੀ ਕੱਲੇ ਬਹਿੰਦੇ ਸੀ ਕੱਲੇ ਕਮਾਉਂਦੇ ਹੀ ਕੱਲੇ ਖਾਂਦੇ ਹੀ ਚੰਗੇ ਹੀ ਮਾੜੇ ਹੀ ਰਹਿੰਦੇ ਹੀ ਆਪਣੇ ਅੱਜ ਵਧੀਆ ਰਹਿੰਦੇ ਸੀ ਤੇ ਬਾਅਦ ਦੇ ਵਿੱਚ ਚਲੋ ਜੀ ਜਦੋਂ ਓਲੀ ਓਲੀ ਪਤਾ ਲੱਗਾ ਇੱਕ ਨੂੰ ਪਤਾ ਲੱਗਾ ਰਿਸ਼ਤੇਦਾਰ ਨੂੰ ਦੂਜੇ ਰਿਸ਼ਤੇਦਾਰ ਨੂੰ ਤੇ ਤੀਜੇ ਨੇ ਇੱਦਾਂ ਹੀ ਗਾਂ ਦੀ ਗਾਂ ਪਤਾ ਲੱਗਦਾ ਗਿਆ ਤੇ ਉਹ ਬਿਮਾਰ ਹੈਗਾ ਜੀ ਇਹ ਹਸਬੰਦ ਚਲੋ ਵਿਚਾਰੀ ਦੇ ਦੁੱਖ ਦੇ ਟਾਈਮ ਤੇ ਜਾਣਾ ਚਾਹੀਦਾ ਹੈ ਗਲਤੀਆਂ ਨੇ ਸਾਰੇ ਬੱਚੇ ਕਰਦੇ ਆ ਤੇ ਮਾਫ ਕਰ ਦੇਣਾ ਚਾਹੀਦਾ ਇਹਨੂੰ ਬਿਲਕੁਲ ਜੀ ਤੁਸੀਂ ਦੇਖ ਲਓ ਤਸਵੀਰਾਂ ਵਿੱਚ ਇਹ ਜਿਹੜੀ ਭੈਣ ਆ ਇਸ ਦਾ ਨਾਮ ਪ੍ਰੀਆ ਵਾ ਅਤੇ ਪਤੀ ਦੀ ਮੌਤ ਹੋਣ ਦੇ ਬਾਅਦ ਉਹ ਜਿਹੜਾ ਕਿ ਇਹ ਭੈਣ ਟਿਫਣਾ ਦਾ ਕੰਮ ਕਰਦੀ ਆ ਕਰ ਕਰ ਜਾ ਕੇ ਟਿਫਣ ਇਕੱਠੇ ਕਰਦੀ ਆ ਅਤੇ ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਦੇਖ ਲਓ ਤਸਵੀਰਾਂ ਵਿੱਚ ਉਸ ਤੋਂ ਬਾਅਦ ਕਾਨਾ ਦੇ ਜਿਹੜਾ ਟਿਫਣ ਪਹੁੰਚਾਉਂਦੀ ਆ ਬੜੀ ਮਿਹਨਤ ਕਰਦੀ ਆ ਆਪਣੇ ਪਰਿਵਾਰ ਪਾਲਣ ਵਾਸਤੇ ਜੋ ਦੋ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਪਾਲਣ ਪੋਸ਼ਣ ਵਾਸਤੇ ਇਹ ਜਿਹੜੀ ਭੈਣ ਪਤੀ ਦੀ ਮੌਤ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਵਿੱਚ ਇਕੱਲੇ ਜਿਹੜੀ ਆ ਟਿਫਨ ਜਿਹੜੇ ਕੀ ਘਰਾਂ-ਘਰਾਂ ਤੋਂ ਇਕੱਠੇ ਕਰਦੀ ਅਤੇ ਦੁਕਾਨ ਵਿੱਚ ਜੜੀ ਲੈ ਕੇ ਜਾਂਦੀ ਆ ਅਸੀਂ ਅਕਸਰ ਦੇਖਦੇ ਵੀ ਯਾਦਤਰ ਆਦਮੀ ਜਿਹੜੇ ਨੇ ਉਹ ਟਿਫਨ ਜਿਹੜੇ ਨੇ ਉਹ ਕਲੈਕਟ ਕਰਦੇ ਨੇ ਅਤੇ ਦੁਕਾਨਾਂ ਤੇ ਦਿੰਦੇ ਨੇ ਪਰ ਅੰਮ੍ਰਿਤਸਰ ਦੀ ਇਹ ਭੈਣ ਇਕੱਲੀ ਜਿਹੜੀ ਕੀ ਵਿਹਿੰਦ ਕਰਦੀ ਅੰਮ੍ਰਿਤਸਰ ਦੀ ਗਲੀਆਂ ਵਿੱਚ ਆਪਣੇ ਬੱਚੇ ਨੂੰ ਪਾਲਣ ਪੋਸ਼ਣ ਕਰਨ ਵਾਸਤੇ ਤੇ ਮੇਰੇ ਇਸ ਭੈਣ ਪ੍ਰਿਆ ਇਹ ਫਿਰ ਕਿਹਨੇ ਦੱਸਿਆ ਤੁਹਾਨੂੰ ਵੀ ਇਹ ਜਿਹੜਾ ਕੰਮ ਕੀਤਾ ਜਾ ਬ ਟਿਫਨ ਦਾ ਇਹ ਕਿਸ ਤਰ੍ਹਾਂ ਜਾਇਨ ਜਾਇਦੜੇ ਇਹ ਜੀ ਸਾਡੇ ਉੱਪਰ ਕਰਾਇ ਤੇ ਬਜ਼ੁਰਗ ਰਹਿੰਦੇ ਨੇ ਉਹਨਾਂ ਨੇ ਮ ਉਹਨਾਂ ਨੇ ਮੈਨੂੰ ਇਹ ਰੋਟੀ ਜੋਗਾ ਕੀਤਾ ਆ ਚਲੋ ਮਾਰਾ ਇਹੀ ਕਹਨੇ ਉਹਨਾਂ ਦਾ ਵੀ ਭਲਾ ਹੋਵੇ ਪਰ ਹੁਣ ਮੈਂ ਆਪਣੇ ਪੈਰਾਂ ਤੇ ਰਹਿਣਾ ਚਾਹੁੰਦੀ ਆ ਆਪਣੇ ਸਿਰ ਤੇ ਰਹਿਣਾ ਚਾਹੁੰਦੀ ਆ ਆਪਣੇ ਬਲਬੁੱਤੇ ਦੇ ਮੈਂ ਕਿਸੇ ਦੇ ਸਿਰ ਤੇ ਨਹੀਂ ਰਹਿਣਾ ਚਾਹੁੰਦੀ ਕਿਸੇ ਦੇ ਥੱਲੇ ਲਾ ਕੇ ਨਹੀਂ ਰਹਿਣਾ ਚਾਹੁੰਦੀ ਜਦੋਂ ਇਸ ਪੈਣ ਜਦੋਂ ਟਿਫਲਾਂ ਕੰਮ ਸ਼ੁਰੂ ਕੀਤਾ ਸੀ ਕੱਲੀ ਕੱਲੀ ਗਲੀ ਕੱਲੀ ਕੱਲੀ ਕੱਲਾ ਕਲਾ ਘਰ ਹੀ ਘੁੰਮਣਾ ਪੈਂਦਾ ਸੀ ਫਿਰ ਰਿਸ਼ਤੇਦਾਰ ਭੈਣ ਭਰਾ ਵੱਲੋਂ ਕਿ ਤੁਹਾਡਾ ਹਿੰਮਤ ਸਪੋਰਟ ਕੀਤੀ ਗਈ ਜਾਂ ਉਹਨਾਂ ਵੱਲੋਂ ਗੱਲਾਂ ਕੀਤੀਆਂ ਤੁਹਾਨੂੰ ਵੀ ਇਹ ਕਿਹੜਾ ਕੰਮ ਪੜ ਲਿਆ ਗੱਲਾਂ ਕੱਲੀ ਕੱਲੀ ਗਲੀ ਜਾਂ ਕੱਲਾ ਕਲਾ ਘਰ ਫਿਰਨਾ ਪੈਂਦਾ ਸੀ ਨਹੀਂ ਜੀ ਮੈਨ ਸਭ ਮੇਰੀ ਤਾਰੀਫ ਹੀ ਕਰਦੇ ਆ ਸਭ ਮੇਰੀ ਮਤਲਬ ਇੱਜ਼ਤ ਹੀ ਕਰਦੇ ਆ ਕਹਿੰਦੇ ਵੀ ਚਲੋ ਮਿਹਨਤ ਕਰ ਰਹੀ ਆ ਕੁੜੀ ਕੋਈ ਮਾੜਾ ਕੰਮ ਨਹੀਂ ਕਰ ਰਹੀ ਵਧੀਆ ਗੱਲ ਐ ਉਹ ਖੁਸ਼ ਹੈਗੇ ਨੇ ਸਗੋਂ ਤੇ ਮਿੰਨਸ ਪੈਣ ਸਵੇਰ ਦਾ ਕੀ ਪ੍ਰੀਆ ਸਵੇਰ ਦਾ ਕੀ ਪ੍ਰੋਗਰਾਮ ਹੁੰਦਾ ਜਿਵੇਂ ਬੱਚੇ ਸਕੂਲ ਵੀ ਪੈਣਾ ਹੁੰਦੀ ਆ ਘਰ ਦੀ ਰੋਟੀ ਬਣਾਉਣੀ ਹੁੰਦੀ ਆ ਕਿਸ ਤਰ੍ਹਾਂ ਸਾਰਾ ਕੰਮ ਕਰਦੇ ਹੋ ਫਿਰ ਦਰਸ਼ਕਾਂ ਜੀ ਨੂੰ ਸਾਂਝਾ ਕਰਦੇ ਹੋ ਸਵੇਰੇ ਕਿੰਨੇ ਵੀ ਉੱਠਦੇ ਹੋ ਕੀ ਸਾਰਾ ਕੰਮ ਦਾ ਪੂਰਾ ਮੈਂ ਜੀ ਦੇਖੋ ਮੈਂ ਅਹੀਂ 6 ਵਜੇ ਉੱਠੀਦਾ ਵਾ ਮੇਰੇ ਬੱਚੇ ਵੀ ਉੱਠ ਜਾਂਦੇ ਮੈਂ ਵੀ ਉੱਠ ਜਾਣੀ ਆ 6 ਵਜੇ ਉੱਠੀਦਾ ਤੇ ਬੱਚੇ ਆਪਣਾ ਨਹਾਉਂ ਮੈਂ ਰੋਟੀ ਪਾਣੀ ਉਹਨਾਂ ਨਾਲ ਉਹ ਨੀਦਰ ਮੈਂ ਤਿਆਰ ਕਰ ਦਿੰਨੀ ਟਿਫਨ ਚਾਹ ਪਾਣੀ ਉਹਨਾਂ ਨੂੰ ਦੇ ਦਿੰਨੀ ਆ ਤੇ ਉਹ ਆਪਣਾ 8 ਵਜੇ ਚਲੇ ਜਾਂਦੇ ਨੇ 8 ਵਜੇ ਤੋਂ ਬਾਅਦ ਫਿਰ ਮੈਂ ਆਪਣਾ ਸੋਚਦੀ ਆ ਨਾਂ ਧੋਣ ਦਾ ਪਾਠ ਪੂਜਾ ਕਰਨ ਦਾ ਬਾਬਾ ਲਾਲ ਜੀ ਦਾ ਨਾਮ ਲਿਤਾ ਹੈ ਧਿਆਨਪੁਰ ਵਾਲਿਆਂ ਦਾ ਤੇ ਬਸ ਜੀ ਉਸ ਤੋਂ ਬਾਅਦ ਨਾਸ਼ਤਾ ਪਾਣੀ ਕਰੀਦਾ ਤੇ ਆਪਣੇ ਟਾਈਮ ਤੇ ਨਿਕਲ ਆਈਦਾ ਵਾ 12 ਵਜੇ ਸਾਢਾ ਕੰਮ ਸ਼ੁਰੂ ਹੁੰਦਾ ਵਾ ਮੇਨ ਪਹਿਲਾ ਡੱਬਾ ਚੱਕਣਾ ਤੇ ਮੈਂ ਘਰੋਂ 11:30 ਨਿਕਲ ਆਨੀ ਮੇਰੇ ਸਪੈਨ ਜੀ ਪਤੀ ਦੀ ਜਾਣ ਤੋਂ ਬਾਅਦ ਬੱਚੇ ਇੱਕਦਮ ਜਿਵੇਂ ਕੱਲੇ ਪੈ ਗਏ ਨੇ ਬੱਚੇ ਹਮੇਸ਼ਾ ਯਾਦ ਕਰਦੇ ਹੋਣਗੇ ਪਾਪਾ ਆਪਣੇ ਨੂੰ ਪਿਆਰ ਸ਼ਾਇਦ ਪਾਪਾ ਨਾਲ ਹੁੰਦੇ ਅੱਜ ਦੋਵੇਂ ਜੀ ਤੁਸੀਂ ਮਿਹਨਤ ਕਰਦੇ ਤੇ ਸ਼ਾਇਦ ਘਰ ਦਾ ਖੋਰ ਦਾ ਮੂੰਹ ਖੋਲ ਹੋ ਜਾਂਦਾ ਮੇਰੇ ਬੱਚੇ ਵੀ ਸਹੀ ਗੱਲ ਪੁੱਛੋ ਨਾ ਮੇਰੇ ਬੱਚੇ ਵੀ ਮੇਰੇ ਪੱਕੜ ਜਿਗਰੇ ਵਾਲੇ ਆ ਉਹ ਨਹੀਂ ਪਾਪਾ ਨੂੰ ਆਪਣੇ ਨੂੰ ਅੰਦਰੋਂ ਅੰਦਰ ਹੀ ਭਾਵੇਂ ਕਰਦੇ ਹੋਣਗੇ ਬਾਹਰੋਂ ਨਹੀਂ ਮਹਿਸੂਸ ਹੁੰਦੇ ਉਹ ਨਹੀਂ ਮੈਨੂੰ ਕਹਿੰਦੇ ਉਹ ਕਹਿੰਦੇ ਸਾਨੂੰ ਪਤਾ ਸਾਡੇ ਪਾਪਾ ਗੁੱਜਰ ਕੇ ਰੱਬ ਕੋ ਚਲ ਗਏ ਆ ਤੇ ਸਾਡੀ ਮੰਮੀ ਆ ਗਈ ਆ ਕੋਈ ਗੱਲ ਹੀ ਨਹੀਂ ਉਹਨੀਆਂ ਮਹਿਸੂਸ ਕਰਦੇ ਤੇ ਭੈਣ ਜਿਹਨਾਂ ਸੀ ਦੇਦੇ ਜਿੰਨਾ ਭੈਣਾ ਦੇ ਪਤੀ ਦੁਨੀਆ ਚਲ ਜਾਂਦੇ ਨੇ ਤੇ ਉਹ ਭੈਣਾ ਹਮੇਸ਼ਾ ਕਬਰਾ ਜਾਂਦੀਆਂ ਨੇ ਆਪਣੇ ਆਪ ਨੂੰ ਕੱਲਿਆ ਮਹਿਸੂਸ ਕਰਦੀਆਂ ਨੇ ਹਮੇਸ਼ਾ ਹਿੰਮਤ ਹਾਰ ਜਾਂਦੀਆਂ ਨੇ ਉਹ ਹਮੇਸ਼ਾ ਰੱਬ ਨਾਲ ਤਾੜੇ ਮੇਨੇ ਮਾਰਦੀਆਂ ਨੇ ਫਿਰ ਅੱਬ ਇਹ ਭਰੀ ਜਵਾਨੀ ਤੂੰ ਸਾਡੇ ਪਤੀ ਨੂੰ ਲੈ ਲਿਆ ਜਾ ਕਿ ਇਸ ਦੁਨੀਆ ਤੋਂ ਚਲੇ ਗਏ ਨੇ ਅਸੀਂ ਦੇਖਿਆ ਵੀ ਹਮੇਸ਼ਾ ਹੀ ਉਹ ਆਪਣੇ ਆਪ ਨੂੰ ਕੱਲਿਆ ਮਹਿਸੂਸ ਕਰਦੇ ਨੇ ਅਜਿਹਾਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਵੀ ਦੇਖੋ ਪਹਿਲੇ ਇੰਨਾ ਵਕਣੀ ਸੋਚਦੀ ਸੀ ਵਿਚਾਰਦੀ ਸੀ ਮੈਂ ਵੀ ਆਪਣੇ ਆਪ ਵਿੱਚ ਟੁੱਟ ਗਈ ਕੱਲਿਆ ਮਹਿਸੂਸ ਕਰਦੀ ਸੀ ਮੈਂ ਵੀ ਇੰਨਾ ਕਣ ਸੋਚਦੀ ਵਿਚਾਰਦੀ ਇਹ ਨਹੀਂ ਕਿ ਮੈਂ ਸੋਚਦੀ ਵਿਚਾਰਦੀ ਚਲੋ ਮਹਾਰਾਜ ਦਾ ਭਾਣਾ ਇਹੋ ਜਿਹਾ ਵਰਤਿਆ ਜਿਹਦੇ ਮੈਂ ਲੜ ਲੱਗੀ ਆ ਉਹਨੇ ਮੇਰੇ ਤੇ ਕਿਰਪਾ ਕੀਤੀ ਤੇ ਸਾਨੂੰ ਇਹ ਕੰਮ ਮਿਲ ਗਿਆ ਤੇ ਅਸੀਂ ਆਪਣਾ ਸਹੀ ਰਾਹ ਤੇ ਤੋਰ ਪਏ ਤੇ ਮੈਨੂੰ ਇਸ ਪੈਰੀ ਡੱਬਿਆਂ ਦੀ ਕੀ ਭੀਗਿਆ ਕਿੰਨੇ ਕਿ ਡੱਬੇ ਤੁਸੀਂ ਰੋਜ਼ ਲੈ ਕੇ ਜਾਂਦੇ ਹੋ ਤੇ ਕਿਸ ਤਰ੍ਹਾਂ ਡੱਬੇ ਜਿਹੜਾ ਫਿਰ ਦੁਕਾਨ ਕਿੱਥੇ ਕਿੱਥੇ ਦੇ ਕੇ ਆਉਂਦੇ ਸ਼ਹਿਰ ਦੇ ਲੋਕਲ ਕਰਦੇ ਵੀ ਜਾਂ ਥੋੜਾ ਥੋੜਾ ਬਾਹਰ ਵੀ ਜਾਂਦੇ ਕਿਤੇ ਨਹੀਂ ਨਹੀਂ ਜੀ ਇਹ ਇੱਕ ਇਸ ਚੌਂਕ ਚ ਦੇਣਾ ਕੋਈ ਅਗਲੇ ਚੌਂਕ ਚ ਦੇਣਾ ਕੋਈ ਕਟੜਾ ਜਮਨ ਸਿੰਘ ਦੇਣਾ ਕੋਈ ਆਲੂ ਵਾਲੇ ਕਟੜੇ ਦੇਣਾ ਕੋਈ ਮਤਲਬ ਕਿ ਅਸੀਂ ਬਗ ਢਾਲੇ ਚੌਂਗ ਚ ਦੇਣਾ ਮਿਹਲੇ ਬਕਰੇ ਬਕਰੇ ਲਾ ਕੇ ਅੱਜ ਦੇਣਾ ਤੇ ਬਸ ਇਦਾ ਹੀ ਘਰਾ ਚੋ ਘਰਾ ਜਿਵੇਂ ਨਾਰ ਨਾਲੀ ਚੱਕੀ ਦਾ ਇੱਕ ਚੌਂਗ ਛੱਡ ਕੇ ਅਗਲੇ ਚੌਂਗ ਅਗਲੇ ਚੌਂਗ ਇਸ ਤਰ੍ਹਾਂ ਚੱਕੀ ਦੇ ਟੇਪ ਨੂੰ ਇਸ ਪੈਨ ਕੀ ਲੱਗਦਾ ਹੁਣ ਗਾਹ ਜਵੇਂ ਮਿਹਨਤ ਕਰ ਲਾ ਪਿਓ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਾਸਤੇ ਬੱਚਿਆਂ ਦਾ ਪੜਾਉਣਾ ਖਵਾਉਣਾ ਵੀ ਆ ਬੱਚਿਆਂ ਵਾਸਤੇ ਬੜੇ ਸੁਪਨੇ ਦੇਖੇ ਹੋਣਗੇ ਕੀ ਕੀ ਸੁਪਨੇ ਦੇਖੇ ਬੱਚਾ ਵਾਂ ਸੁਪਨੇ ਜੀ ਕੀ ਵੇਖਣੇ ਗਰੀਬ ਬੰਦੇ ਨੇ ਬਸ ਇਹੀ ਬੇਨਤੀ ਆ ਰੱਬ ਦੇ ਅੱਗੇ ਕਿ ਅਸੀਂ ਨੀ ਪੜੇ ਲਿਖੇ ਦੇ ਬੱਚੇ ਪੜ੍ਹ ਲਿਖੇ ਜਾਣ ਅਸੀਂ ਨਹੀਂ ਚਲੋ ਸਾਡੇ ਕੋ ਕੁਝ ਗਲਤੀਆਂ ਐ ਬੱਚੇ ਨਾ ਉਹ ਜਿਹੀ ਗਲਤੀਆਂ ਕਰਨ ਬੱਚੇ ਆਪਣਾ ਮਿਹਨਤ ਮਜ਼ਦੂਰੀ ਕਰਨ ਖਾਣ ਪੀਣ ਪੜਨ ਲਿਖਣ ਬਸ ਚੰਗੇ ਨਿਕਲਣ ਕੀ ਲੱਗਦਾ ਪੈ ਜੀ ਹੋਰ ਜਿਹੜਾ ਤੁਸੀਂ ਟਿਫਨ ਲੈ ਕੇ ਆ ਰਹੇ ਹੋ ਅੱਜ ਮੈਂ 10 12 ਟਿਫਨ ਆਗਾ ਹੋਰ ਤੁਸੀਂ ਆਪਣਾ ਕੰਮ ਕਰ ਬਤਾਓਗੇ ਜੀ ਇਹਨਾਂ ਲਾ ਕੇ ਹਾਂਜੀ ਕੰਮ ਕਰ ਕੋਈ ਦੇਰ ਗਾ ਡੱਬੇ ਤੇ ਵਧਾਲਾਂਗੀ ਨਹੀਂ ਦੇਗਾ ਤੇ ਜਿੰਨੇ ਗਾ ਕੇ ਚੱਲਣੀ ਦਈ ਗੱਡੀ ਜੇ ਕੋਈ ਕਹੇਗਾ ਤੇ ਮਨਾ ਤੇ ਨਹੀਂ ਕਰ ਲੱਗੇ ਅਸੀਂ ਕੰਮ ਕਰਨਾ ਹੀ ਆ ਜਿਥੇ ਦੋ ਦੇ ਉਥੇ ਚਾਰ ਸੀ ਆਂਦੇ ਅੰਮ੍ਰਿਤਸਰ ਦੀਆਂ ਨੇ ਅਤੇ ਜਿਹੜੀ ਭੈਣ ਆ ਪ੍ਰਿਆ ਜਿਹਾ ਨਾਂ ਆ ਜਬ ਬਾਅਦ ਗਿਆ ਸਦੇ ਹਿੰਮਤ ਅੱਜ ਭੈਣ ਨੇ ਨਹੀਂ ਹਾਰੀ ਪਤੀ ਦੀ ਮੌਤ ਹੋ ਚੁੱਕੀ ਆ ਪਰ ਫਿਰ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਵਾਤੇ ਅੰਮ੍ਰਿਤਸਰ ਦੀ ਗਲੀਆਂ ਵਿੱਚ ਜਿਹੜਾ ਕਿ ਟਿਫਨ ਦਾ ਕੰਮ ਕਰਦੀ ਆ ਰਹੀ ਆ ਅਸੀਂ ਦੇਖਦੇ ਆ ਕਿ ਅਕਸਰ ਜਦੋਂ ਕਿਤੇ ਕਿਸੇ ਦੀ ਮੌਤ ਹੋ ਜਾਂਦੀ ਆ ਖਾਸ ਕਰਕੇ ਘਰ ਦੇ ਮੁਖੀਆ ਦੀ ਮੌਤ ਹੋ ਜਾਂਦੀ ਆ ਜਿਸ ਦੀ ਪਤੀ ਦੀ ਮੌਤ ਹੁੰਦੀ ਆ ਤੇ ਮੇਸ਼ਾਂ ਜਿਹੜੀਆਂ ਉਹ ਭੈਣਾਂ ਜਿਹੜੀਆਂ ਘਬਰਾ ਜਾਂਦੀਆਂ ਨੇ ਕਿਤੇ ਰੱਬ ਨਾਲ ਗੁੱਸਾ ਗਿਲਾ ਸ਼ਿਕਵਾ ਕਰਦੀਆਂ ਨੇ ਪਰ ਇਹ ਭੈਣ ਦਾ ਕਹਿਣਾ ਪੀ ਆਜ ਵੀ ਜਿਹੜਾ ਆਪਣੀ ਹਿੰਮਤ ਨਾਲ ਨਾਲ ਆਪਣੇ ਪਰਿਵਾਰ ਦਾ ਪੇਟ ਭਾਲਦੀ ਆ ਤੇ ਬੈਨ ਮੀਰ ਜਸ ਆਪਣੇ ਤੁਸੀਂ ਮੋਬਾਈਲ ਨੰਬਰ ਜੀ ਦੱਸ ਦਿਓ ਜੇਕਰ ਤੁਹਾਡੇ ਕੋਈ ਕਿਸੇ ਡੱਬਾ ਲਵਾਉਣਾ ਹੋਵੇ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤੁਸੀਂ ਆਪਣਾ ਨੰਬਰ ਮੋਬਾਈਲ ਮੈ ਜੀ ਦੱਸ ਦਿਓ ਹਾਂਜੀ ਮੋਬਾਈਲ ਨੰਬਰ ਹੈ ਜੀ ਮੇਰਾ 9780144699 9780144699 ਬਿਲਕੁਲ ਤੁਸੀਂ ਜਿਵੇਂ ਸੀਰਾ ਵਿੱਚ ਭੈਣ ਜੀ ਨੇ ਆਪਣਾ ਨੰਬਰ ਬੋਲ ਦਿੱਤਾ ਜਿਸ ਦਾ ਨਾਮ ਪ੍ਰੀਆ ਵਾ ਜੇਕਰ ਤੁਸੀਂ ਵੀ ਕਿਤੇ ਡੱਬਾ ਜਾਂ ਟਿਫਨ ਲਵਾਉਣਾ ਹੋਵੇ ਜਾਂ ਕਿਤੇ ਭੈਣ ਦੀ ਮਦਦ ਕਰਨੀ ਹੋਵੇ ਤੇ ਭੈਣ ਦਾ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਤੇ ਇਸ ਭੈਣ ਦੀ ਹਿੰਮਤ ਨੂੰ ਅਸੀਂ ਵੀ ਦਾ ਦੇ ਦਿੰਦੇ ਆ ਪਤੀ ਦੀ ਮੌਤ ਹੋਣ ਦੇ ਬਾਵਜੂਦ ਆਪਣੀ ਜਿਹੜੀ ਹਿੰਮਤ ਨਹੀਂ ਹਾਰੀ ਅਤੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਵਾਸਤੇ ਇਸ ਭੈਣ ਨੇ ਜਿਹੜਾ ਕਿ ਜਜ਼ਬਾ ਸ਼ੁਰੂ ਕੀਤਾ ਕਿ ਟਿਫਨ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਦੇਖਦੇ ਪੀ ਅੰਮ੍ਰਿਤਸਰ ਦੀ ਗਲੀਆਂ ਵਿੱਚ ਇਹ ਜਿਹੜੀ ਭੈਣ ਹੈ ਇਕੱਲੀ ਜਿਹੜੀ ਟਿਫਨ ਜਿਹੜਾ ਕਿ ਘਰੋਂ ਕਲੈਕਟ ਕਰਦੀ ਆ ਉੱਥੇ ਦੁਕਾਨਾਂ ਤੇ ਜਾ ਕੇ ਜਿਹੜਾ ਟਿਫਨ ਲੋਕਾਂ ਨੂੰ ਰੋਟੀ ਦੇ ਡੱਬੇ ਦਿੰਦੀ ਆ ਅਤੇ ਪਹਿਲੀ ਅੰਮ੍ਰਿਤਸਰ ਦੀ ਮਹਿਲਾ ਜਿਹੜੀ ਕਿ ਆਪਣੀ ਹਿੰਮਤ ਦੇ ਨਾਲ ਜਿਹੜਾ ਕਿ ਆਪਣਾ ਪਰਿਵਾਰ ਪਾਲਦੀ ਆ ਅਸੀਂ ਵੀ ਇਸ ਭੈਣ ਦੀ ਹਿੰਮਤ ਨੂੰ ਜਿਹੜਾ ਕਿ ਸਲੂਟ ਕਰਦੇ ਆ ਕਿਉਂਕਿ ਪਤੀ ਦੇ ਮੌਤ ਹੋਣ ਦੇ ਬਾਵਜੂਦ ਵੀ ਜਿਹੜੀ ਭੈਣ ਆ ਆਪਣੇ ਨੂੰ ਕਿਤੇ ਕੱਲਿਆ ਮਹਿਸੂਸ ਨਹੀਂ ਕਰਦੀ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਵਾਉਣ ਵਾਸਤੇ ਅੱਜ ਵੀ ਜਿਹੜੀ ਕੀ ਹੈ ਆਪਣੀ ਟਿਫਨ ਵੇਚਣ ਦਾ ਕੰਮ ਕਰਦੀ ਆ ਮੇਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ